मैं नगर कौंसल फिर एक बार थोड़े कैमरा राइट क्लैपिंग करना चाहना भी साड़ी नगर कौंसल नकोदर जी बहुत महान आ जिन्हें एडा वधिया बस स्टैंड इन्नी वधिया सफाई जबकि तुसी लोकां दे जख्मां उत्ते लून ना छिड़को अचनचेत दौरे करके जे करने आ ते उपराले करो लोकां नूं सिलटियां दिओ सुधार करो ਤਾਂ ਪਾਣੀ ਬੰਦਾ ਕਿੱਥੋਂ ਪੀਊਗਾ ਨਹੀਂ ਆਏ ਜੀ ਅੱਡੇ ਇਹ ਕੋਈ ਚੈਕਿੰਗ ਆ ਚੈਕਿੰਗ ਦੇਖੋ ਜਨਤਾ ਨੂੰ ਆਪਾਂ ਕੀ ਦੇ ਰਹੇ ਹਾਂ ਜਨਤਾ ਨੂੰ ਕੀ ਸਹੂਲਤ ਦੇ ਰਹੇ ਹਾਂ ਜਨਤਾ ਨੂੰ ਪੀਣ ਦਾ ਪਾਣੀ ਮਿਲ ਰਿਹਾ ਜਨਤਾ ਨੂੰ ਪੱਖਾ ਮਿਲ ਰਿਹਾ ਜਨਤਾ ਨੂੰ ਸ਼ੈੱਡ ਮਿਲ ਰਹੀ ਹੈ ਵਰਲਡ ਫੇਮਸ ਬੱਸ ਸਟੈਂਡ ਨਕੋਦਰ ਦੇ ਵਿੱਚ ਅਸੀਂ ਮੌਜੂਦ ਹਾਂ ਬੀਤੇ ਦਿਨੀ ਇਸੇ ਬੱਸ ਸਟੈਂਡ ਦੀ ਖਬਰ ਨਸ਼ਰ ਕੀਤੀ ਸੀ ਔਰ ਉਸ ਤੋਂ ਬਾਅਦ ਇੱਥੇ ਪ੍ਰਧਾਨ ਸਾਹਿਬ ਵੀ ਆਏ ਸੀ ਵੱਡੇ ਲੀਡਰ ਇੱਥੇ ਪਹੁੰਚੇ ਉਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਚੈਕਿੰਗ ਉਹਨਾਂ ਨੇ ਕੀ ਕੀਤੀ ਇਹ ਉਹੀ ਜਾਣਦੇ ਆ ਪਰ ਉਸ ਤੋਂ ਬਾਅਦ ਚੈਕਿੰਗ ਦਾ ਜੋ ਦੌਰ ਹੈ ਲਗਾਤਾਰ ਜਾਰੀ ਹੈ ਸਮਾਜ ਸੇਵਕ ਗੌਰਵ ਜੈਨ ਹੋਰ ਵੀ ਇੱਥੇ ਪਹੁੰਚੇ ਹੋਏ ਆ ਆਪਾਂ ਗੱਲਬਾਤ ਕਰਾਂਗੇ ਜੋ ਕੀ ਲੈ ਕੇ ਆਇਆ ਗੌਰਵ ਜੈਨ ਜੀ ਸਾਡੇ ਨਾਲ ਹੈ ਸਰ ਅਚਨਚੇਤ ਚੈਕਿੰਗ ਦਾ ਜੋ ਦੌਰ ਲਗਾਤਾਰ ਜਾਰੀ ਹੈ ਤੁਸੀਂ ਅੱਜ ਕਿਹੜੀ ਚੈਕਿੰਗ 'ਤੇ ਹੋ ਨਹੀਂ ਪਹਿਲਾਂ ਤਾਂ ਮੈਂ ਐਨਐਨ ਨਿਊਜ਼ ਦਾ ਬੜਾ ਆਭਾਰੀ ਹਾਂ ਸਾਡੇ ਕੋਲ ਚੈਕਿੰਗ ਕਰਨ ਦੀ ਕੋਈ ਪਾਵਰ ਨਹੀਂ ਹੈ ਜੀ ਮੈਂ ਤਾਂ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਔਰ ਮੇਰੇ ਵੱਡੇ ਭਾਈ ਹੇਮੰਤ ਸ਼ਰਮਾ ਜੀ ਵਾਰਡ ਨੰਬਰ 4 ਦੇ ਕਾਉਂਸਲਰ ਹੋਣ ਦੇ ਨਾਤੇ ਅਸੀਂ ਇੱਥੇ ਆਏ ਹਾਂ ਦੇਖੋ ਤੁਸੀਂ ਵੀ ਕਈ ਵਾਰ ਦਿਖਾਇਆ ਹੋਗਾ ਵੀ ਨਕੋਦਰ ਬੱਸ ਸਟੈਂਡ ਦਾ ਹਾਲ ਅਸੀਂ ਵੀ ਸੁਣਦੇ ਸੁਣਦੇ ਥੱਕ ਗਏ ਹਾਂ ਜਿੱਦਾਂ ਕਿ ਮੇਰੀ ਮਿਸਿਜ ਵੀ ਵਾਰਡ ਨੰਬਰ 15 ਤੋਂ ਕਾਉਂਸਲਰ ਆ ਸ਼੍ਰੀਮਤੀ ਏਕਤਾ ਜੈਨ ਅਸੀਂ ਆਮ ਤੌਰ 'ਤੇ ਛੋਟੇ ਹੁੰਦੇ ਲੈ ਕੇ ਹੁਣ ਤੱਕ ਅਸੀਂ ਬੱਸ ਸਟੈਂਡ ਦੇਖਦੇ ਰਹੇ ਹਾਂ ਪਰ ਜੋ ਹੁਣ ਹਾਲਾਤ ਆ ਬੱਸ ਸਟੈਂਡ ਦੇ ਸਾਨੂੰ ਆਪਣੇ ਆਪ 'ਤੇ ਬੜੀ ਸ਼ਰਮ ਆ ਰਹੀ ਆ ਵੀ ਅਸੀਂ ਉਸ ਕਾਉਂਸਲ ਦੇ ਮੈਂਬਰ ਹਾਂ ਜਿਸ ਕਾਉਂਸਲ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਨਗਰ ਕੌਂਸਲ ਨਕੋਦਰ ਦੀ ਆ ਬੜੀ ਨਮੋਸ਼ੀ ਹੋ ਰਹੀ ਅੱਜ ਦੇਖ ਕੇ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਜਿਨ੍ਹਾਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਜਿਨ੍ਹਾਂ ਦੇ ਸ਼ੈੱਡ ਥੱਲੇ ਬਹਿ ਨਹੀਂ ਸਕਦੇ ਪਿੱਲਰ ਟੁੱਟੇ ਪਏ ਪਾਣੀ ਦੀ ਵਿਵਸਥਾ ਨਹੀਂ ਬਾਥਰੂਮ ਗੰਦੇ ਆ ਮਤਲਬ ਕਿ ਤੁਹਾਨੂੰ ਕੀ ਦੱਸੀਏ ਅਸੀਂ ਸਾਨੂੰ ਦੱਸਦੇ ਹੀ ਸ਼ਰਮ ਆ ਰਹੀ ਹੈ ਬਿਲਡਿੰਗ ਇਸਨੂੰ ਡੈਮੇਜ ਘੋਸ਼ਿਤ ਕੀਤਾ ਹੋਇਆ ਪਰ ਅੰਦਰ ਕਈ ਸਾਰੇ ਲੋਕ ਬੈਠੇ ਕਾਫੀ ਜ਼ਿਆਦਾ ਗਰਮੀ ਪਿਆ ਬੈਠਣ ਲਈ ਮਜਬੂਰ ਹੈ ਕੀ ਲੱਗਦਾ ਕਿ ਅੰਦਰ ਬਹਿਣਾ ਨਹੀਂ ਚਾਹੀਦਾ ਅਸੀਂ ਕੀ ਕਰਨ ਹੋ ਸਕਦਾ ਦੇਖੋ ਮੇਰੇ ਵੱਡੇ ਭਾਜੀ ਬਿਲਡਿੰਗ ਡੇਂਜਰ ਘੋਸ਼ਿਤ ਕੀਤੀ ਨੂੰ ਲਗਭਗ 4 ਸਾਲ ਹੋ ਗਏ ਕਿ 4 ਸਾਲਾਂ 'ਚ ਨਗਰ ਕੌਂਸਲ ਨੇ ਅੱਡਾ ਫੀਸ ਜਾਂ ਇੱਥੋਂ ਪਰਚੀ ਲੈਣੀ ਬੰਦ ਕਰਤੀ ਆ ਜਿਹੜੇ ਸਟਾਲ ਲੱਗੇ ਆ ਨਗਰ ਕੌਂਸਲ ਪ੍ਰੋਪਰ ਆਪਣੀ ਪਰਚੀ ਕੱਟ ਰਹੀ ਆ ਲੈ ਰਹੀ ਇੱਥੋਂ ਜੇ ਪਰਚੀ ਲੈ ਰਹੀ ਆ ਤਾਂ ਸੁਵਿਧਾ ਕਿਹਨੇ ਦੇਣੀ ਆ ਸੁਵਿਧਾ ਵੀ ਨਗਰ ਕੌਂਸਲ ਦੇਣੀ ਆ ਜੇ ਕੱਲ੍ਹ ਨੂੰ ਕੋਈ ਵਾਕਿਆ ਜਿੱਦਾਂ ਅੱਜ ਤੋਂ 3-4 ਸਾਲ ਪਹਿਲਾਂ ਇੱਥੇ ਟ੍ਰੈਡੀ ਹੋਈ ਆ ਇੱਕ ਵਿਅਕਤੀ ਜਾਣ ਗਈ ਆ ਕੁਛ ਵੀ ਹੋ ਸਕਦਾ ਜੋ ਹਾਲਾਤ ਆ ਤੁਸੀਂ ਦੇਖੇ ਬੀਮ ਦੇ ਥੱਲੇ ਸਰੀਏ ਹੈ ਨਹੀਂ ਬੀਮ ਉਹਦੇ ਤੁਰੇ ਫਿਰ ਲਟਕੇ ਫਿਰਦੇ ਆ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਨਗਰ ਕੌਂਸਲ ਨਕੋਦਰ ਬੜੇ ਬੜੇ ਵੱਡੇ ਦਾਅਵੇ ਕਰਦੀ ਵਿੱਚ ਹੀ ਅਸੀਂ ਕਰਦੇ ਹਾਂ ਪਰ ਸਾਨੂੰ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਜਿੱਥੋਂ ਸਾਡੇ ਸ਼ਹਿਰ ਦੀ ਲੋਕਾਂ ਨੂੰ ਪਛਾਣ ਹੋਣੀ ਵੀ ਇਹ ਨਕੋਦਰ ਦਾ ਬੱਸ ਸਟੈਂਡ ਆ ਉਹ ਮੈਂ ਕਹੂੰਗਾ ਨਰਕ ਆ ਨਰਕ ਪਿਛਲੇ 1 ਸਾਲ ਤੋਂ ਅਸੀਂ ਕਈ ਵਾਰੀ ਆਪਣੇ ਪੱਧਰ 'ਤੇ ਜਵਾਨੀ ਤੌਰ 'ਤੇ ਵੀ ਮੀਟਿੰਗਾਂ ਦੀ ਹਾਊਸ 'ਚ ਵੀ ਕਈ ਵਾਰੀ ਡਿਸਕਸ ਕੀਤਾ ਵੀ ਆਪਾਂ ਬੱਸ ਸਟੈਂਡ ਦਾ ਕੁਛ ਕਰੀਏ ਬਹੁਤ ਜ਼ਿਆਦਾ ਸਾਡੀ ਨਮੋਸ਼ੀਏ ਸਾਨੂੰ ਸਾਹਮਣਾ ਕਰਨਾ ਪੈਂਦਾ ਇਲੈਕਸ਼ਨਾਂ ਦੇ ਵਿੱਚ ਹਰ ਇਲੈਕਸ਼ਨ ਚਾਹੇ ਉਹ ਐੱਮ ਐੱਲ ਏ ਹੋਵੇ ਚਾਹੇ ਐੱਮ ਪੀ ਹੋਵੇ ਚਾਹੇ ਐੱਮ ਸੀ ਹੋਵੇ ਚਾਹੇ ਪੰਚਾਇਤਾਂ ਦਾ ਹੋਵੇ ਅਸੀਂ ਬੜੇ ਬੜੇ ਵੱਡੇ ਦਾਅਵੇ ਕਰਦੇ ਨੇ ਉੱਧਰ ਬੱਸ ਸਟੈਂਡ ਨੂੰ ਆਹ ਕਰ ਦੇਣਾ ਅਸੀਂ ਆਹ ਕਰ ਦੇਣਾ ਲੇਕਿਨ ਜ਼ਮੀਨੀ ਸਤ 'ਤੇ ਅਸੀਂ ਸ਼ਹਿਰ ਨੂੰ ਮਾਫ਼ੀ ਮੰਗਦੇ ਹਾਂ ਹਲਕੇ ਤੋਂ ਮਾਫ਼ੀ ਮੰਗਦੇ ਹਾਂ ਕਿ ਨਗਰ ਕੌਂਸਲ ਨਕੋਦਰ ਨਲਾਇਕ ਸਾਬਤ ਹੋਈ ਆ ਬੱਸ ਸਟੈਂਡ ਦੇ ਮੁੱਦੇ 'ਤੇ ਦੇਖੋ ਸਰ ਕਹਿੰਦੇ ਕੋਈ ਇੱਥੇ ਕੇਸ ਵੀ ਚੱਲਦਾ ਸੀਗਾ ਜੋ ਕਲੀਅਰ ਹੋ ਜਾਏ ਤੂੰ ਨਜ਼ਰ 'ਚੋਂ ਸਾਰਾ ਮਾਮਲਾ ਕੀ ਆ ਨਹੀਂ ਦੇਖੋ ਕੋਰਟ ਦਾ ਮੈਟਰ ਆ ਜੀ ਉਹ ਕੋਰਟ ਵਕਫ ਬੋਰਡ ਨਗਰ ਕੌਂਸਲ ਦਾ ਚੱਲ ਰਿਹਾ ਜ਼ਰੂਰ ਆ ਪਰ ਮੈਨੂੰ ਜਿੱਥੇ ਤੱਕ ਜਾਣਕਾਰੀ ਆ ਕੋਰਟ ਨੇ ਡਿਵੈਲਪਮੈਂਟ 'ਤੇ ਕੋਈ ਸਟੇਅ ਨਹੀਂ ਲਾਇਆ ਮਾਲਕੀ 'ਤੇ ਸਟੇਅ ਹੋ ਸਕਦਾ ਵਾ ਪਰ ਡਿਵੈਲਪਮੈਂਟ ਤਾਂ ਨਗਰ ਕੌਂਸਲ ਅੱਗੇ ਕਰ ਰਹੀ ਆ ਸਾਰੇ ਸ਼ਹਿਰ 'ਚ ਵੀ ਕਰੀ ਜਾ ਅੱਡਾ ਫੀਸ ਲੈ ਰਹੀ ਆ ਬੱਸਾਂ ਦੀ ਫੀਸ ਲੈ ਰਹੀ ਆ ਸਾਈਕਲ ਸਟੈਂਡ ਦੀ ਫੀਸ ਲੈ ਰਹੀ ਆ ਇਹਨਾਂ ਸਟਾਲਾਂ ਤੋਂ ਪੈਸੇ ਲੈ ਰਹੀ ਆ ਅਤੇ ਡਿਵੈਲਪਮੈਂਟ ਕਿਹੜੇ ਕਰਨੀ ਆ ਦੇਖੋ ਇੱਕ ਆਪਾਂ ਜੇਕਰ ਬੱਸ ਖੜ ਜਾਂਦੀ ਆ ਤਕਰੀਬਨ 1 ਮਰਲੇ 'ਚ ਖੜਦੀ ਆ ਅਤੇ ਸਾਈਕਲ ਥੋੜ੍ਹੀ ਜਿਹੀ ਥਾਂ 'ਚ ਖੜਦਾ ਉਹਦੀ ਪਰਚੀ 20 ਰੁਪਏ ਆ ਇਹਦੀ ਤਕਰੀਬਨ 10 ਰੁਪਏ ਆ ਇਹਦਾ ਕਾਰਨ ਕੀ ਮੰਨਦੇ ਆ ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ ਜੀ ਬੜੀ ਹੈਰਾਨੀ ਹੋ ਰਹੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਸ਼ਹਿਰ ਨਿਵਾਸੀਆਂ ਨੂੰ ਇਹ ਜਾਣੂ ਕਰਾ ਦੇਵਾਂ ਵੀ ਪਿਛਲੇ 2.5-3 ਸਾਲ ਤੋਂ ਜਿਹੜਾ ਠੇਕਾ ਨਾ ਤਾਂ ਸਾਈਕਲ ਸਟੈਂਡ ਦਾ ਹੋਇਆ ਜੀ ਨਾ ਉਹ ਵਾਸ਼ਰੂਮ ਦਾ ਹੋਇਆ ਜੀ ਨਾ ਉਹ ਟੈਕਸੀ ਸਟੈਂਡ ਦਾ ਹੋਇਆ ਜੀ ਮਤਲਬ ਕਿ ਬੜੀ ਨਮੋਸ਼ੀ ਨਾਲ ਮੈਨੂੰ ਕਹਿਣਾ ਪੈ ਰਿਹਾ ਵਾ ਵੀ ਇੱਕ ਸਾਈਕਲ ਦੀ ਫੀਸ ਸਾਈਕਲ ਸਟੈਂਡ ਦੀ ਜਿਹੜੀ ਫੀਸ ਆ ਜਾਂ ਸਕੂਟਰ ਦੀ ਫੀਸ ਆ ਉਹ 20 ਰੁਪਈਏ ਜਿਹੜੀ ਬੱਸ ਦੀ ਫੀਸ ਆ ਅੱਡਾ ਫੀਸ ਆ ਉਹ 20 ਰੁਪਈਏ ਔਰ ਮਿੰਨੀ ਬੱਸ ਦੀ ਜਿਹੜੀ ਫੀਸ ਆ ਉਹ 10 ਰੁਪਈਏ
यानी साइकिल स्कूटर की फीस ज्यादा होगी पार्किंग की तो बस की घट आ। और एक होर तुहानू जानना पावां बस स्टैंड दे आपां कितें भी रात नूं बस खड़ी करते हैं उहदी जिहड़ी पार्किंग फीस आ रात की नाइट की जंदर वर्कशाप होर वर्कशाप 50 रुपए मिनिमम हैगी आ। साढ़े नकोदर के जे असी पिछले दिन भी देख के गए हैं 20 या 22 बसा इतने एवरेज खड़िया होंगे वा तो तुम मनना नहीं रोज़ जी परची नाइट की कट हो रही है सिर्फ रोडवे दिन 2-3 बसें जी खड़िया होंगे वो कटा 2 या 3 ऑन रिकॉर्ड मैं कह रहा चेक किया जाए भी पिछले 1-1.5 साल तो किन्नी रात की नाइट फीस आई है ये किने देखना। यह जिम्मेवारी साढ़े नगर कौंसल के ईओ की नगर कौंसल के प्रधान की है बड़ी नमोशी ने कहना पै रहा सानू भी असी किस कौंसल के मैंबर हाँ मेरी चाहे मिसिज है चाहे हेमंत शर्मा जी है असी किन शहर में जवाबदेह की है। देखो थोड़ा जि अगे जाइए एक पास पानी की टैंकी बनी हुई नाली बाथरूम हालात काफ़ी ज़्यादा माड़े और पानी की टैंकी भी डिगन वाले जो उन्होंने गलबात की तो जो मौजूदा व्यक्ति से कह रहे थे कहते वीर जी करवा दो जो कोई माड़ा मोटा होंगे तो पानी तो भी असं जावे भाजी तुम जो दिखाया जो असी देखते हैं मतलब मैं कहना सानू शर्म आ रही है भी असी नकोदर नगर कौंसल बतौर मिसर मेरी मिसर मैंबर आ हेमंत शर्मा जी बतौर मैंबर आ असी पिछले 1 साल तो कह रहे यार जनता को कोई सुविधा दीए कोई बैठने वास्ते बेंच कोई शैड कोई पार्किंग कोई पानी कोई फर्श कुछ तो जनता दीए। तुम देखो जो असी पैसे लै रहे हैं स्टॉल वाले को तो अभी सुविधा उन्होंने क्यों नहीं दे रहे ये कि नमोशी की गल है कि माड़ी गल आ। देखो सर दूजे पास गल करिए तो तकरीबन काफ़ी टाइम तो इतने हूँ अज भी तुम आए हो कि लगता कि इतने कोई देखने वाली चीज़ जो सही सलामत सही हो भी लगती है कोई इतने पर चैकिंग करना है नहीं चैकिंग कभी करना जी सानू तो आप शर्म आ रही है चैकिंग ना तो सानू तो दुख लग रहा है प्रधान जी भी चैकिंग करना किस गल की चैकिंग की प्रधान जी ने वही मैं थोड़े तो पूछ रहा मैं खुद ही समझ लगी जी मैं देखी मूवी मैं समझ लगी किस गल की चैकिंग की है जी आ रेहड़ी खड़ी है ये 50 रुपए लेंदी होगी दिखाती परची मैं 50 दे रहे हैं चैकिंग किस गल की चैकिंग होंगी है सफाई की चैकिंग होंगी लोगों की सुविधा वास्ते की तुम दे रहे हो आ चैकिंग आ भी असी देखी जी परची कट हो रही है यह कड़ी चैकिंग आ सू शाम रिकॉर्ड पता लग रही है जे शहर जे बस स्टैंड 300 बस आई अप डाउन की वह सूँ पता सूँ 3000 आना सूँ पता बसा को उड के तो आनी जानी है आनी तो अड्डे बजदियाँ ना हाँ वो मानसा की करप्शन होंगी होगी वो अलग चीज़ आ वो इदा चैकिंग नहीं होंगी भी दस के चैकिंग कर ली अं आए जी अड्डे ये कोई चैकिंग है चैकिंग देखो जनता को आप की दे रहे हैं जनता को की सहूलत दे रहे हैं जनता को पीने का पानी मिल रहा जनता को पखा मिल रहा जनता को शैड मिल रही है जनता सेफ बैठी उत्थे चैकिंग वो होंगी है। जेकर कुल मिला के सारा कुछ देखिए तेन कुदर च बस स्टैंड देख के की लगता लगता कि मैं एक बड़ी बड़ी नमोशी तुम्हें यह गल कह रहा हाँ बड़ा दुख लगता साढ़े शहर च दो बड़े व्डे डेरे आ साईं महाराज शाह जी का लाल बादशाह दरबार लखा की संगत रकोदर आती है साढ़े शहर का इंप्रैशन उतों की लग जाती होगी असी कहने साड़ी NRI बैल्ट आ साडा इंप्रैशन की जाता होगा तुम मतलब कि सानू देख के अच बड़ा दुख लगा तुहानू इंटरव्यू दे जरूर आए हैं पर तो साडा मन रोंदा असी उस काउंसल के मैंबर हाँ जिस काउंसल ने सानू यह अड्डा दिता अड्डे तो बाहर जो आप थोड़े जाइए तो कजैरो लैंड का बड़ा तुम सप्प वाली गल कह के बड़ा मुद्दा पकाया है वो अजय उत्थे जैलो लैंड उत्थे दी उत्थे कहना सयाणा दे क्या सिर मत्थे परनाला उत्थे दा उत्थे ही है जी। देखो जी येलो लैंड तुसीं गल कीती असी तां तुहाडे चैनल राही भी बेनती कीती सी मैनूं शायद पता लगा भी इन्होंने जिहड़ा ठेकेदार नोटिस भी इशू किया पर मैं गल कर जी येलो लैंड बन गई आ कि उहनूं रबड़ रबड़ मटेणगे उहनूं मटेणगे किद्दां जे इन्नी इन्ने इन्हां नूं हुंदी भई इह गलत काम कीता तो फौरी तौर पर उस ठेकेदार नूं कहिंदे इहनूं मटे भाई तू गलत बनाई आ उस SO दी उस ME दी उस EO दी जिम्मेवारी बनदी आ भी इह क्यों गलत काम होया एक नोटिस कढ़ना अपनी जुम्मेवारी तो भज नहीं सकता वह शायद हजारा नोटिस निकल रहे भी आ बिल्डिंग बनती गलत है जी वह कार्रवाई की कीती नोटिस गल ये देखो लाइट सवाल है जी चार शब्दों में नगर कौंसल में की कहना चाहूँगा मैं नगर कौंसल फिर एक बार थोड़े कैमरा राइट क्लैपिंग करना चाहना भी साड़ी नगर कौंसल नकोदर की बहुत महान आ जिन्हें एडा वधिया बस स्टैंड इन्नी वधिया सफाई इन्ना वधिया वॉशरूम इन्ना वधिया पानी साधा एन गर्मी लोग ठंडा पानी पी रहे ठंडा मिठा जल नगर कौंसल बधाई का पात्र मैं कहना नगर कौंसल में होर बस स्टैंड तो कमाई होवे और शहर च लगे। बिल्कुल जी समाज सेवक गौर जैन साढ़े नाल से हिम्मत जी भी साढ़े नाल है सर तुम भी कई मुद्दे चुकते हो बीते दिन मैं थोड़े घर भी एक प्लेट देखी सी नंबर प्लेट लगी सी जिसकी तकरीबन 450 रुपये कीमत भी सी की लगता है उस तो बाद होर घटाले भी हो रहा है कि बस स्टैंड हालात खस्ता वा उम्र का तजर्बा थोड़ा भी ज़्यादा कि लगता कोई आसा नबूर कदे पाऊगा। सब तो पहला तो मैं NNR न्यूज़ चैनल का थोड़े सारे साथियों का बहुत बहुत धन्यवाद करता वा कि तुसी साड़ियां दिल दियां जिहड़ियां भावनावां वा साडे शहर के प्रति जो साड़ियां फीलिंग्स आ शहर के प्रति जो गलत काम हो रहा है जो सुधार दे जज्बे साडे मन दे विच आ तुसी उहनूं समाज दे विच
तक बचाने हैं। देखो जिस तरह की मेरे बड़े भाई साहब अपने गौरव जैन जी ने थानू एक गल पहला दसी है कि सानू चैकिंग करने का कोई अधिकार नहीं, लेकिन असी नकोदर दे एक नागरिक हाँ, असी चुने हुए कौंसलर हाँ, तो सानू अपने शहर दीयां समस्यावां अपने कौंसल के प्रधान तक अपने कौंसल के एग्जैक्टिव ऑफिसर तक पहुँचाने का पूर्ण हक है, क्योंकि जो असी मीटिंग दे विच जाने हैं जो असी परसनली तौर पर इन्हों इन मुद्दों बारे दसते हैं तो साड़ी कोई सुनवाई नहीं करते। असी मैं इन्हों तुहानू एक बार फिर यह गल कहना चाहवाँगा, असी बस स्टैंड के मुद्दे को कई बार डिस्कस किया ईओ साहब न अपने मानयोग प्रधान जी नाल, लेकिन जदों साड़ी सुनवाई कोई नहीं होंगी साडे कोल इक्को हथियार आ न्यूज़ चैनल। न्यूज़ चैनल तुसी एक साडे एक राष्ट्र का साडे एक अजिहा चौथा स्तंभ हो कि जेडे आम जनता की आवाज़ एक दूजे तक पहुँचाने, जिस तरह की लास्ट टाइम थोड़े दिन पहला भी साढ़े प्रधान जी ने अचनचेत दौरा किया, मैं कहना जी अचनचेत दौरा करना बहुत वधिया गल आ, लेकिन अचनचेत दौरे दे नाल सानू ये देखना चाहिए कि असी नगर कौंसल की इनकम किदा होर वधा सकीए, उहदे बारे की उपराला किया जा सके, जां उहदे नाल नाल साढ़े को जिन्नी साढ़े को जनता इत्थे आउंदी आ ਉਹ ਜਨਤਾ ਨੂੰ ਅਸੀਂ ਕੀ ਹੋਰ ਸਹੂਲਤ ਦਿੱਤੀ ਜਾ ਸਕੇ। ਮੈਂ ਤਾਂ ਗੱਲ ਇਹ ਵੀ ਕਹਿਣਾ ਚਾਹਾਂਗਾ ਆਪਣੇ ਮਾਣਯੋਗ ਈਓ ਸਾਹਿਬ ਨੂੰ ਕਿ ਜਿੱਥੇ ਲੱਖਾਂ ਰੁਪਏ ਦੇ ਹੋਰ ਪ੍ਰੋਜੈਕਟ ਦੇ ਵਿੱਚ ਇਹ ਪੂਰਾ ਦਬਦਬਾ ਦਿਖਾਉਂਦੇ ਆ ਕਿ ਇਹ ਲੱਖਾਂ ਰੁਪਏ ਇਹਨਾਂ ਪ੍ਰੋਜੈਕਟਾਂ ਦੇ ਲਾਓ, ਕੀ ਗੱਲ ਇਹਨਾਂ ਨੂੰ ਇਹ ਨਹੀਂ ਦੱਸਦਾ? ਸਾਡੇ ਪ੍ਰਧਾਨ ਜੀ ਦੀ ਮੈਂ ਜਾਣਕਾਰੀ ਉਹਨਾਂ ਨੂੰ ਵੀ ਜਾਣਕਾਰੀ ਵੀ ਆ, ਲੇਕਿਨ ਫਿਰ ਵੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹਾਂਗੇ ਕਿ ਜਿਹੜੇ ਇਹੋ ਜਿਹੇ ਭਖਦੇ ਹੋਏ ਮੁੱਦੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਮਹਿਸੂਸ ਹੁੰਦਾ ਵਾ ਕਿ ਸਾਡੀ ਆਮ ਜਨਤਾ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਸਕਦਾ ਵਾ, ਜਿੱਦਾਂ ਕਿ ਮੇਰੇ ਪਿੱਛੇ ਇਹੋ ਜਿਹੀ ਛੱਤ ਖੜੀ ਆ ਕਿ ਜਿਹਦੇ ਨਾਲ ਕਦੀ ਕਿਸੇ ਦੀ ਜਾਨ ਵੀ ਜਾ ਸਕਦੀ ਆ, ਕਰੋੜਾਂ ਰੁਪਈਏ ਦੇ ਕੇ ਵੀ ਜਿਹੜਾ ਇਨਸਾਨ ਸਾਡੀ ਦੁਨੀਆ ਤੋਂ ਚਲੇ ਜਾਂਦਾ ਵਾਪਸ ਨਹੀਂ ਆਉਂਦਾ, ਅਸੀਂ ਉਹਦੇ ਵਾਸਤੇ ਕੋਈ ਉਪਰਾਲਾ ਨਹੀਂ ਕਰ ਰਹੇ, ਲੇਕਿਨ ਸਾਡੀ ਕਰੋੜਾਂ ਰੁਪਈਆਂ ਦੀ ਜ਼ਮੀਨਾਂ ਉੱਤੇ ਅਸੀਂ ਹੋਰ ਪ੍ਰੋਜੈਕਟ ਕਰਨ ਦੇ ਵਾਸਤੇ ਸੋਚਦੇ ਹਾਂ। ਮੈਂ ਇੱਕ ਵਾਰੀ ਫਿਰ ਅਪੀਲ ਕਰਦਾ ਹਾਂ ਆਪਣੇ ਪ੍ਰਧਾਨ ਜੀ ਨੂੰ, ਆਪਣੇ ਈਓ ਸਾਹਿਬ ਨੂੰ ਕਿ ਕੰਮ ਉਹ ਕਰੋ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਵਾਸੀਆਂ ਨੂੰ ਸਾਡੇ ਕੌਂਸਲ ਦੇ ਉੱਤੇ ਮਾਣ ਹੋਵੇ ਕਿ ਅਸੀਂ ਸ਼ਹਿਰ ਵਾਸਤੇ ਕੁਝ ਕਰ ਸਕਦੇ ਹਾਂ, ਜਦਕਿ ਤੁਸੀਂ ਲੋਕਾਂ ਦੇ ਜ਼ਖਮਾਂ ਉੱਤੇ ਲੂਣ ਨਾ ਛਿੜਕੋ ਅਚਨਚੇਤ ਦੌਰੇ ਕਰਕੇ, ਜੇ ਕਰਨੇ ਆ ਤਾਂ ਉਪਰਾਲੇ ਕਰੋ, ਲੋਕਾਂ ਨੂੰ ਫੈਸਿਲਿਟੀਆਂ ਦਿਓ, ਸੁਧਾਰ ਕਰੋ, ਸਾਡੀ ਤਾਂ ਤੁਹਾਡੇ ਰਾਹੀਂ ਇਹੀ ਸਾਡਾ ਇੱਕ ਉਪਰਾਲਾ ਵਾ, ਤੁਹਾਡਾ ਰਿਕੁਐਸਟ ਵਾ ਆਪਣੇ ਪ੍ਰਧਾਨ ਜੀ ਨੂੰ ਵੀ ਅਤੇ ਆਪਣੇ ਈਓ ਸਾਹਿਬ ਨੂੰ। ਇਸ ਬੱਸ ਸਟੈਂਡ ਦੀਆਂ ਬਹੁਤ ਵਾਰੀ ਖਬਰਾਂ ਵੀ ਲੱਗ ਚੁੱਕੀਆਂ, ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਜੋ ਇੱਕ ਪਿੱਲਰ ਹੈ ਉਹ ਡਿੱਗਣ ਦੇ ਸੁਧਾਰ 'ਤੇ ਜੇਕਰ ਕੋਈ ਬੱਸ ਦੀ ਠੋਕਰ ਲੱਗ ਜਾਂਦੀ ਜੇ ਹੋਰ ਇਸ ਚੀਜ਼ ਲੱਗ ਜਾਂਦੀ ਹੈ ਤਾਂ ਡਿੱਗ ਵੀ ਸਕਦਾ ਹੈ। ਅੱਗੇ ਇੱਕ ਬੋਰਡ ਵੱਡਾ ਸਾਰਾ ਲਿਖਿਆ ਖਤਰਾ, ਪਰ ਗਰਮੀ ਬਹੁਤ ਜ਼ਿਆਦਾ ਹੈ, ਫਿਰ ਵੀ ਲੋਕ ਇੱਥੇ ਬੈਠਣ ਲਈ ਮਜਬੂਰ ਹੈ। ਮੌਸਮ ਵਿਭਾਗ ਵੱਲੋਂ ਅਲਰਟ ਵੀ ਕੀਤਾ ਗਿਆ, ਹਨੇਰੀ ਵੀ ਆ ਸਕਦੀ ਹੈ, ਪਰ ਹਾਲਾਤ ਬਦਤਰ ਤੋਂ ਬਦਤਰ ਹੈ, ਲੋਕ ਲਗਾਤਾਰ ਇੱਥੇ ਜੋ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ। ਹੋਰ ਵੀ ਹਾਂਜੀ ਜੀ ਕੀ ਕਹਿਣਾ ਚੁੱਕਿਆ? ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਆਪਣੇ ਪ੍ਰਧਾਨ ਜੀ ਨੂੰ, ਈਓ ਸਾਹਿਬ ਨੂੰ, ਕਿ ਜੇ ਤੁਸੀਂ ਸਾਡੇ ਨਗਰ ਕੌਂਸਲ ਦੀਆਂ ਜਿਹੜੀਆਂ ਬੱਸਾਂ ਹੈਗੀਆਂ ਵਾ ਬੱਸ ਸਟੈਂਡ ਦੇ ਵਿੱਚ, ਇਹਨਾਂ ਕੋਲ ਪਰਚੀਆਂ ਲੈਂਦੇ ਹਾਂ, ਤੁਹਾਡੇ ਕੋਲ ਜੇ ਜਨਤਾ ਦੇ ਬੈਠਣ ਵਾਸਤੇ ਇੱਕ ਬੈਂਚ ਵੀ ਨਹੀਂ ਲੱਗ ਸਕਦੇ, ਤਾਂ ਸਾਨੂੰ ਤੁਸੀਂ ਹੁਕਮ ਕਰੋ, ਸਾਡੇ ਨਾਲ ਬੜੀਆਂ ਸਮਾਜ ਸੇਵੀ ਸੰਸਥਾ ਜੁੜੀਆਂ ਵਾ, ਤੁਹਾਡੇ ਨਾਂ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਕੋਲ ਬੈਂਚ ਲਵਾਵਾਂਗੇ। ਇੱਕ ਵਾਰੀ ਹਾਂ ਨਾ ਤਾਂ ਕਰੋ ਕਿ ਨਗਰ ਕੌਂਸਲ ਇਹ ਕੰਮ ਕਰਨ ਦੇ ਵਿੱਚ ਨਾਕਾਮਯਾਬ ਆ, ਜਨਤਾ ਨੂੰ ਬੈਠਣ ਵਾਸਤੇ ਕੋਈ ਫੈਸਿਲਿਟੀ ਨਹੀਂ ਦੇ ਸਕਦੀ, ਉਹਨਾਂ ਨੂੰ ਪੀਣ ਵਾਸਤੇ ਪਾਣੀ ਨਹੀਂ ਦੇ ਸਕਦੀ, ਜੇ ਤੁਸੀਂ ਨਾ ਕਰਦੇ ਆ ਤਾਂ ਅਸੀਂ ਉਹਦੇ ਵਾਸਤੇ ਕੋਈ ਹੋਰ ਉਪਰਾਲੇ ਕਰੀਏ, ਅਸੀਂ ਹੋਰ ਲੋਕਾਂ ਦੇ ਅੱਗੇ ਹੱਥ ਅੱਡ ਲੈਂਦੇ ਹਾਂ, ਉਹਨਾਂ ਦੇ ਕੋਲ ਸਮਾਜ ਸੇਵੀ ਸੰਸਥਾ ਦੇ ਨਾਲ ਜੁੜ ਕੇ ਅਸੀਂ ਉਹ ਵੀ ਉਪਰਾਲੇ ਕਰਨ ਨੂੰ ਤਿਆਰ ਹਾਂ। ਬਿਲਕੁਲ ਜੀ, ਗੁੱਸਾ ਜਾਇਜ਼ ਔਰ ਜ਼ਹਿਰ ਹੈ, ਬਹੁਤ ਸਾਰੇ ਹਾਦਸੇ ਹੁੰਦੇ ਆ ਜਿਸ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਔਰ ਥੋੜ੍ਹਾ ਜਿਹਾ ਮੁਆਵਜ਼ਾ ਦੇ ਕੇ ਚੁੱਪ ਕਰਵਾਇਆ ਜਾਂਦਾ ਕਿ ਤੁਸੀਂ ਚੁੱਪ ਕਰ ਜਾਓ, ਕਿ ਇਹਨਾਂ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ। ਤੁਸੀਂ ਦੇਖ ਸਕਦੇ ਕਿੰਨੇ ਸਾਰੇ ਇੱਥੇ ਜੋ ਮੁਸਾਫਰ ਲੋਕ ਇੱਥੇ ਖੜ੍ਹੇ ਆ, ਅੰਦਰ ਬੱਸ ਸਟੈਂਡ ਜੋ ਡੈਮੇਜ ਬਿਲਡਿੰਗ ਇੱਥੇ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਉਹ ਗਰਮੀ ਦੇ ਵਿੱਚ ਇੱਥੇ ਬੈਠਣ ਦੇ ਲਈ ਮਜਬੂਰ ਹੈ। ਤਸਵੀਰਾਂ ਜੋ ਇਹਨਾਂ ਦਾ ਨਿਊਜ਼ 'ਤੇ ਲਾਈਵ ਤਸਵੀਰਾਂ ਲਾਈਵ ਤੌਰ ਤੱਕ ਅਸੀਂ ਪਹੁੰਚਾ ਰਹੇ ਹਾਂ। ਜੇਕਰ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵਾਲੇ ਇੱਕ ਸਿਸਟਮ ਲੱਗਿਆ ਜੋ ਟੈਂਕੀ ਤੁਸੀਂ ਦੇਖ ਸਕਦੇ ਹੋ। ਇਹ ਤਾਂ ਹਾਲਾਤ, ਇੰਨਾ ਗਰਮੀ ਦਾ ਮੌਸਮ ਹੈ। ਹਾਂਜੀ ਮਾਤਾ ਜੀ ਕੀ ਕਰੇ, ਪਾਣੀ ਤਾਂ ਮੌਜੂਦ ਨਹੀਂ ਹੈ, ਪਿਆਸ ਨਹੀਂ ਲੱਗੀ ਨਾ? ਹਾਂਜੀ ਹੋਰ ਮਾਤਾ ਜੀ, ਇੱਥੇ ਕੋਲ ਬੈਠੇ ਹੋ, ਪਾਣੀ ਪੂਣੀ ਚੱਲਦਾ? ਕਿੱਥੇ ਚੱਲਦਾ, ਬਾਂਦੀ ਵੀ ਤੱਤਾ। ਬਿਲਕੁਲ ਜੀ, ਉਹ ਮਾਤਾ ਕਹਿੰਦੇ ਕਿ ਗਰਮ ਪਾਣੀ ਪੀ ਲਈ ਮਜਬੂਰ ਹੈ। ਹਾਂਜੀ ਤੇ ਧਿਆ ਤਾਂ ਲੱਗਦੀ ਆ, ਤਾਂ ਹੁਣ ਪਾਣੀ ਬੰਦਾ ਕਿੱਥੋਂ ਪੀਊਗਾ? ਬਿਲਕੁਲ ਜੀ, ਇਹ ਤਾਂ ਸਾਡੀ ਨਗਰ ਕੌਂਸਲ ਨੇ ਜੋ ਸੁਵਿਧਾਵਾਂ ਦਿੱਤੀਆਂ ਉਹ ਲਗਾਤਾਰ ਤੋੜ ਤੱਕ ਅਸੀਂ ਪਹੁੰਚਾ ਰਹੇ ਔਰ ਅੰਦਰ ਦੇ ਤਸਵੀਰ ਦਿਖਾ ਦਿੰਦੇ ਹਾਂ। ਇਹ ਜੋ ਬਿਲਡਿੰਗ ਹੈ, ਇੱਥੇ ਇੱਕ ਬੋਰਡ ਵੀ ਲੱਗਿਆ ਹੋਇਆ, ਤੁਸੀਂ ਦੇਖ ਸਕਦੇ ਹੋ, ਇਸ ਉੱਪਰ ਖਤਰਾ ਲਿਖਿਆ ਗਿਆ, ਲਿਖਿਆ ਕਿ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਕਿ ਬੱਸ ਸਟੈਂਡ ਦੀ ਛੱਤ ਖਸਤਾ ਹਾਲਾ
हालत में होने करके इस कुछ हिस्सा डिग रहा है, इसलिए इस छत के थले ना हो, पर लोग जो गर्मी बहुत ज़्यादा इस बैठने के लिए वो मजबूर है। पर जो सा प्रशासन है की कर रहा है, ये वड्डे सवाल ने, तुहाडे इस प्रति की विचार है, तुसीं अपने कीमती कमेंट करके सुझाव जरूर दे सकते हो। कैमरामैन मनजीत दिना हरदीप, NNR न्यूज़, नकोदर बस स्टैंड।